ਅਸਲਾਮੁਆਲਿਕਮ ਭਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਭਾਈ ਇੱਕ ਆਪਣੇ ਵੀਰ ਨੇ ਕਮੈਂਟ ਕੀਤਾ ਉਹਨੂੰ ਇੱਕ ਏਕੜ ਚਾਹੀਦੀ ਹੈ ਬਹਾਵਲਪੁਰ ਤੋਂ ਯਜਮਾਨ ਤੱਕ ਉਹਦਾ ਨੰਬਰ ਆਪਣੇ ਕੋਲ ਮੌਜੂਦ ਆ ਅਗਰ ਬਹਾਵਲਪੁਰ ਦੇ ਕੋਈ ਪ੍ਰਾਪਰਟੀ ਡੀਲਰ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਭਾਈ ਉਹਨੂੰ ਅਰਜੈਂਟ ਚਾਹੀਦੀ ਹੈ ਜ਼ਮੀਨ ਇੱਕ ਏਕੜ ਔਰ ਉਸ ਤੋਂ ਬਾਅਦ ਭਾਈ ਨੰਬਰ ਵੀ ਤੁਹਾਨੂੰ ਉਹਦਾ ਮਿਲ ਜਾਏਗਾ ਇੱਕ ਏਕੜ ਉਹਨੂੰ ਅਰਜੈਂਟ ਚਾਹੀਦੀ ਬਹਾਵਲਪੁਰ ਤੋਂ ਲੈ ਕੇ ਯਜਮਾਨ ਤੱਕ ਇੱਕ ਏਕੜ ਚਾਹੀਦੀ ਹੈ ਠੀਕ ਹੋ ਗਿਆ ਭਾਈ ਉਸ ਤੋਂ ਬਾਅਦ ਦੂਸਰੀ ਗੱਲ ਇਹ ਹੈ ਕਿ ਜਿਹੜਾ ਆਪਾਂ ਕੱਲ ਐਡ ਲਾਇਆ ਵਾ 450 ਏਕੜ ਜ਼ਮੀਨ ਦਾ ਉਹ ਹੈਗੀ ਆ ਠੇਕੇ ਦੇ ਜ਼ਿਲ੍ਹਾ ਬਹਾਵਲ ਨਗਰ ਤਫਸੀਲ ਹੈਗੀ ਆ ਫੋਟਾਬਾਸ ਵੀਡੀਓ ਦੇ ਵਿੱਚ ਥੋੜੀ ਜੀ ਮਿਸਟੇਕ ਹੋ ਗਈ ਥੋੜੀ ਜੀ ਗਲਤੀ ਹੋ ਗਈ ਇਸ وجہ ਤੋਂ ਨਾ ਥੋੜੀ ਜੀ ਵੀਡੀਓ ਦੇ ਵਿੱਚ ਕਾਫੀ ਲੋਕਾਂ ਦੇ ਕਮੈਂਟ ਆਏ ਨੇ ਕਿ ਯਾਰ ਤੁਸੀਂ ਨਾ ਲੋਕੇਸ਼ਨ ਸਹੀ ਨਹੀਂ ਦੱਸੀ ਹੈਗੀ ਲੋਕੇਸ਼ਨ ਗਲਤ ਹੈ ਤਸਵੀਰ ਉਹ ਜ਼ਿਲ੍ਹਾ ਗਲਤ ਪਾਈ ਹੋ ਗਈ ਠੀਕ ਹੈ ਅਸਲ ਜਿਹੜੀ ਉਹਦੀ ਲੋਕੇਸ਼ਨ ਆ ਉਹ ਹੈਗੀ ਆ ਜ਼ਿਲ੍ਹਾ ਬਹਾਵਲ ਨਗਰ ਤਫਸੀਲ ਫੋਟਾਬਾਸ ਫੋਟੋ ਬਾਥ ਵਾਲੀ ਸਾਈਡ ਤੇ ਮੇਰਾ ਵੀਰ 450 ਏਕੜ ਜ਼ਮੀਨ ਜਿਹੜੀ ਆ ਠੇਕੇ ਤੇ ਚੜਨ ਦੀ ਆਰਮੀ ਦਾ ਰਕਬਾ ਵਾ ਔਰ ਲੇਜ਼ਰ ਹੋਇਆ ਚਾਰ ਟਰਬਾਈਨਾ ਤੇ ਦੋ ਟੂਲ ਲੱਗੇ ਹੋਏ ਨੇ ਓਕੇ ਹੋ ਗਿਆ ਬਾਈ ਇਸ ਤੋਂ ਬਾਅਦ ਦੂਸਰੀ ਗੱਲ ਇਹ ਆ ਕਿ ਉਹਦੀ ਜਿਹੜੀ ਫੀਸ ਆ ਆਰਮੀ ਦੀ 10.5 ਹਜ਼ਾਰ ਰੁਪਏ ਬਾਈ ਫੀਸ ਆ ਉਹਦੀ ਜਿਹੜਾ ਆਰਮੀ ਨੇ ਆਰਮੀ ਨੂੰ ਤੁਸੀਂ ਫੀਸ ਭਰਨੀ ਆ ਅਦਾ ਕਰਨੀ ਆ ਉਸ ਤੋਂ ਬਾਅਦ ਜਿਹੜਾ ਉਹਦਾ ਠੇਕਾ ਜ਼ਮੀਨ ਦਾ ਉਹ ਹੈਗਾ ਵਾ 1.5 ਲੱਖ ਰੁਪਏ ਬڑا ਲੇਜ਼ਰ ਹੋਇਆ ਭਾਈ ਜ਼ਮੀਨ ਔਰ ਉਹ ਭਾਈ ਦੱਸ ਰਿਹਾ ਸੀ ਕਿ ਉਹਦੀ ਜਿਹੜੀ ਆ ਫੀ ਗੰਧਮ ਉਸ ਏਕੜ ਜਿਹੜੀ ਆ ਰਹੀ ਆ ਉਹ ਹੈਗੀ ਆ 55 ਤੋਂ 60 ਮਾਣ 60 ਮਾਣ ਦੀ ਉਸ ਤੇ ਜਿਹੜੀ ਆ ਉਹ ਫੀ ਏਕੜ ਬੜੀ ਅੱਛੀ ਜ਼ਮੀਨ ਹੈ ਔਰ ਉਸ ਤੋਂ ਬਾਅਦ ਭਾਈ ਰਾਏ ਦੀ ਕਾਸ਼ਤ ਜਿਹੜੀ ਹੁੰਦੀ ਉਹਦੇ ਵਿੱਚ ਉਹ 30 ਤੋਂ 35 ਮਾਣ ਦੱਸਣ ਦੇ ਨੇ ਮਾਸ਼ਾਅੱਲਾ ਬੜੀ ਬਿਹਤਰੀਨ ਜ਼ਮੀਨ ਆ ਔਰ ਲੇਜ਼ਰ ਹੋਇਆ ਟੋਟਲ ਰਕਬਾ ਵੀਡੀਓ ਵੀ ਆਪਾਂ ਪਾ ਦਿੱਤੀ ਆ ਤੇ ਇੱਕ ਏਕੜ ਚਾਹੀਦੀ ਆ ਭਾਈ ਨੂੰ ਬਹਾਵਲਪੁਰ ਤੋਂ ਯਜਮਾਨ ਤੱਕ ਇੱਕ ਏਕੜ ਚਾਹੀਦੀ ਹੈ ਅਗਰ ਕੋਈ ਵੀਰ ਭਰਾ ਫੇਲ ਕਰ ਰਿਹਾ ਤੇ ਬਾਈ ਰਾਬਤਾ ਲਾਜ਼ਮੀ ਕਰੋ ਆਪਣੇ ਨਾਲ ਨੰਬਰ ਆਪਣਾ ਚੱਲ ਰਿਹਾ ਠੀਕ ਹੈ ਅਗਰ ਕੋਈ ਵੀਰ ਭਰਾ ਲੈਣਾ ਚਾਹੁੰਦਾ ਤੇ ਬਾਈ ਨੰਬਰ ਤੇ ਰਾਬਤਾ ਕਰੇ ਇੱਕ ਬਾਈ ਨੇ ਆਪਾਂ ਨੂੰ ਮੈਸੇਜ ਕੀਤਾ ਬਾਈ ਉਹਨੇ ਬੜੀ ਚੰਗੀ ਗੱਲ ਕੀਤੀ ਬੜੀ ਪਾਇਦਾਰ ਗੱਲ ਕੀਤੀ ਉਹ ਕਹਿੰਦਾ ਬਾਈ ਆਪਾਂ ਨੂੰ ਚਾਹੀਦੀ ਹੈ ਠੇਕੇ ਤੇ ਜ਼ਮੀਨ ਤੁਸੀਂ ਠੇਕੇ ਆ ਠੇਕੇ ਵਾਲੇ ਐਡ ਨਹੀਂ ਲਾਉਂਦੇ ਬਾਈ ਆਪਾਂ ਠੇਕੇ ਤੇ ਵੀ ਐਡ ਲਾ ਕਰਾਂਗੇ ਹੁਣ ਜਿਹੜੇ ਭਾਈ ਨੂੰ ਅਗਰ ਕੋਈ ਭਾਈ ਜ਼ਮੀਨ ਠੇਕੇ ਤੇ ਦੇਣਾ ਚਾਹੁੰਦਾ ਤਾਂ ਬਾਈ ਸਾਡੇ ਨਾਲ ਰਾਬਤਾ ਕਰੇ ਆਪਾਂ ਇਨਸ਼ਾਅੱਲਾ ਉਹਨੂੰ ਜ਼ਮੀਨ ਠੇਕੇ ਤੇ ਵੀ ਲੈ ਕੇ ਦੇਾਂਗੇ ਐਡ ਲਾ ਦਿੰਨੇ ਆ ਜਿੰਨੀ ਕ ਜ਼ਮੀਨ ਜਿੰਨੂੰ ਚਾਹੀਦੀ ਆ ਬਾਈ ਜਿਹੜੇ ਇਲਾਕੇ ਚ ਚਾਹੀਦੀ ਉਹ ਵੀ ਮਿਲ ਜੇਗੀ ਕੋਈ ਮਸਲੇ ਵਾਲੀ ਗੱਲ ਨਹੀਂ ਮੇਰਾ ਵੀਰ ਕੋਈ ਵੀਰ ਭਰਾ ਠੇਕੇ ਤੇ ਜ਼ਮੀਨ ਲੈਣਾ ਚਾਹੁੰਦਾ ਜਾਂ ਉਹਨੂੰ ਸੇਲ ਕਰਨਾ ਚਾਹੁੰਦਾ ਕੋਈ ਪ੍ਰਾਪਰਟੀ ਡੀਲਰ ਆਪਣੇ ਕੰਮ ਨੂੰ ਅੱਗੇ ਤੋਰਨਾ ਚਾਹੁੰਦਾ ਤਾਂ ਬਾਈ ਆਪਣਾ ਰਾਬਤਾ ਕਰੇ ਹਮਦੁਲਿਲਾ ਆਪਣਾ ਕੰਮ ਬਹੁਤ ਅੱਛਾ ਜਾ ਰਿਹਾ ਬਹੁਤ ਫਰਸਟ ਕਲਾਸ ਕੰਮ ਜਾ ਰਿਹਾ ਬਾਈ ਆਪਣਾ ਠੀਕ ਹੈ ਤੁਸੀਂ ਬਾਈ ਜ਼ਮੀਨ ਸੇਲ ਕਰਾਉਣੀ ਆ ਉਹਨੂੰ ਠੇਕੇ ਤੇ ਦੇਣਾ ਕੋਈ ਵੀਰ ਭਰਾ ਕਹਿੰਦਾ ਬਾਈ ਜ਼ਮੀਨ ਆਪਾਂ ਠੇਕੇ ਤੇ ਦੇਣੀ ਆ ਤੇ ਬਾਈ ਆਪਾਂ ਠੇਕੇ ਦਾ ਵੀ ਐਡ ਲਾ ਦੇਾਂਗੇ ਕਿਸੇ ਨੇ ਸੇਲ ਕਰਨੀ ਆਪਾਂ ਸੇਲ ਦਾ ਵੀ ਐਡ ਲਾ ਦੇਾਂਗੇ ਬਾਈ ਕੋਈ ਚੱਕਰ ਨਹੀਂ ਠੀਕ ਹੈ ਪਰੇਸ਼ਾਨੀ ਨੀ ਹੋਣਾ ਬਾਈ ਸਾਡੇ ਨਾਲ ਤਾਵਨ ਕੋਰੇ ਇਨਸ਼ਾਅੱਲਾ ਤੁਹਾਡੀ ਜ਼ਮੀਨ ਤੁਹਾਡਾ ਕੰਮ ਜਲਦੀ ਅੱਗੇ ਨਿਕਲੇਗਾ ਇਨਸ਼ਾਅੱਲਾ ਮੇਰੀ ਇਸੀ ਗੱਲ ਬਾਈ ਆਪਣੀ ਵੀਡੀਓ ਵੇਖ ਕੇ ਬਾਈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਸੇ ਗਰੀਬ ਬੰਦੇ ਦਾ ਪਾਲਾ ਹੋ ਜਾਏਗਾ ਬਾਈ ਕੋਈ ਬੰਦਾ ਚੀਜ਼ ਸੇਲ ਕਰਨਾ ਚਾਹੁੰਦਾ ਕੋਈ ਓਨਰ ਆ ਤਾਂ ਭਾਈ ਆਪਣਾ ਰਾਬਤਾ ਕਰ ਸਕਦਾ ਕੋਈ ਪ੍ਰਾਪਰਟੀ ਡੀਲਰ ਆ ਤੇ ਭਾਈ ਤਾਂ ਰਾਬਤਾ ਕਰ ਸਕਦਾ ਇਨਸ਼ਾਅੱਲਾ ਜੋ ਭਾਈ ਕਹੇਗਾ ਆਪਾਂ ਉਹਦਾ ਨੰਬਰ ਹੋਰ ਐਡ ਉਹਦਾ ਜ਼ਮੀਨ ਦਾ ਵੀਡੀਓ ਲਾਜ਼ਮੀ ਲਾਵਾਂਗੇ ਭਾਈ ਇਨਸ਼ਾਅੱਲਾ ਸੇਲ ਵੀ ਕਰਾਵਾਂਗੇ ਐਸੀ ਕੋਈ ਗੱਲ ਨਹੀਂ ਅਲਹਮਦੁਲਿਲਾ ਬੜਾ ਅੱਛਾ ਆਪਣਾ ਕੰਮ ਜਾ ਰਿਹਾ ਭਾਈ ਤੁਹਾਡੀ ਭਰਾਵਾਂ ਦੀ ਮਿਹਰਬਾਨੀ ਆ ਤੁਹਾਡੇ ਭਰਾਵਾਂ ਦਾ ਬੜਾ ਪਿਆਰ ਆ ਭਾਈ ਅਲਹਮਦੁਲਿਲਾ ਅਲਹਮਦੁਲਿਲਾ ਆਪਣਾ ਕੰਮ ਬੜਾ ਅੱਛਾ ਜਾ ਰਿਹਾ ਠੀਕ ਆ ਕਾਫੀ ਭਰਾ ਆਪਣੇ ਨਾਲ ਕੰਟੈਕਟ ਇਚ ਨੇ ਔਰ ਅਲਹਮਦੁਲਿਲਾ ਉਹਨਾਂ ਦਾ ਕੰਮ ਵੀ ਬੜਾ ਮਾਸ਼ਾਅੱਲਾ ਜ਼ਬਰਦਸਤ ਜਾ ਰਿਹਾ ਅਗਰ ਕੋਈ ਪ੍ਰਾਪਰਟੀ ਡੀਲਰ ਆ ਕੋਈ ਓਨਰ ਆ ਕੋਈ ਚੀਜ਼ ਸੇਲ ਕਰਨਾ ਚਾਹੁੰਦਾ ਜਾਂ ਕੋਈ ਚੀਜ਼ ਨੂੰ ਅੱਗੇ ਠੇਕੇ ਤੇ ਦੇਣਾ ਚਾਹੁੰਦਾ ਜ਼ਿੰਮੇਦਾਰ ਤੇ ਬਾਈ ਆਪਣੇ ਨਾਲ ਰਾਬਤਾ ਕਰੇ ਆਪਾਂ ਉਸ ਇਲਾਕੇ ਦੇ ਬੰਦੇ ਨੂੰ ਵੀ ਰਾਬਤਾ ਕਰਾਂਗੇ ਜਿਸ ਇਲਾਕੇ ਦੀ ਵੀਡੀਓ ਹੋਏਗੀ ਜਿਸ ਇਲਾਕੇ ਦਾ ਐਡ ਹੋਏਗਾ ਕੋਈ ਰੋਲੇ ਵਾਲੀ ਗੱਲ ਨਹੀਂ ਬਾਈ ਸਾਡੇ ਨਾਲ ਤਾਮਨ ਕਰੋ ਇਨਸ਼ਾਅੱਲਾ ਤੁਹਾਨੂੰ ਇਨਸ਼ਾਅੱਲਾ ਫਾਇਦਾ ਹੋਏਗਾ ਇਨਸ਼ਾਅੱਲਾ ਇਹ ਚ ਨੁਕਸਾਨ ਨਹੀਂ ਹੋਏਗਾ ਬਾਈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੱਸਿਆ ਜ਼ਰੂਰ ਕਰੋ ਬਾਈ